ਜੀ ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਸੂਬੇ ਦੀਆਂ ਖਬਰਾਂ ਦਾ ਦੁਪਹਿਰ ਦਾ ਬੁਲਟਨ ਲੈ ਕੇ ਹਾਜ਼ਰ ਹੋਏ ਹਾਂ ਜੀ। ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੇ ਵਿੱਚ ਤਾਜ਼ਾ ਹਾਲਾਤਾਂ ਦੇ ਦੁਪਹਿਰ ਤੱਕ ਹਰ ਇੱਕ ਨਵੀਂ ਲੇਟੈਸਟ ਅਪਡੇਟ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ। ਸੋ ਵੀਡੀਓ ਨੂੰ ਤੁਸੀਂ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਆ ਜਿਹੜੀ ਉਹ ਮਿਸ ਨਾ ਹੋਵੇ। ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ ਅਜਨਾਲਾ ਤੋਂ, ਜਿੱਥੇ ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ। ਥਾਣਾ ਅਜਨਾਲਾ ਦੀ ਪੁਲਿਸ ਦੇ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੋਸ਼ 'ਚ 14 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤੇ ਗਏ ਹਨ ਅਤੇ ਕਈਆਂ ਦੇ ਵਾਹਨ ਵੀ ਜ਼ਬਤ ਕੀਤੇ ਗਏ ਹਨ। ਇਸ ਦੀ ਜਾਣਕਾਰੀ ਥਾਣਾ ਅਜਨਾਲਾ ਦੇ SHO ਇੰਸਪੈਕਟਰ ਅਸ਼ਤੀਸ਼ ਕੁਮਾਰ ਨੇ ਦਿੱਤੀ। ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ 'ਚ 4 ਦੇ ਖਿਲਾਫ ਪਰਚਾ ਦਰਜ। ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਸੂਬੇ ਦੇ ਅੰਦਰ ਖੇਤੀ ਤਾਲਾਬੰਦੀ ਅਤੇ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ 'ਚੋਂ ਰਹਿਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਲਾਪਰਵਾਹ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਅਤੇ ਥਾਣਾ ਧਾਰੀਵਾਲ ਦੇ SHO ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਧਾਰੀਵਾਲ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਬਿਨਾਂ ਕੰਮ ਤੋਂ ਅਵਾਰਾ ਫੇਰੇ 4 ਲੋਕਾਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਰੇਲ ਸੇਵਾ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਜਾਵੇਗਾ ਰੇਲਵੇ ਦੇ ਸੀਨੀਅਰ ਅਧਿਕਾਰੀ। ਸੋ ਰੇਲਵੇ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਬਾਕੀ ਹੈ ਅਤੇ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਰੇ ਫੈਸਲਾ ਕੁਝ ਦਿਨਾਂ ਤੱਕ ਲਿਆ ਜਾਵੇਗਾ। ਸੋ ਇਸ ਸਥਿਤੀ ਦੇ ਵਿੱਚ ਹਰੇਕ ਰੇਲਵੇ ਜ਼ੋਨ 15 ਅਪ੍ਰੈਲ ਤੋਂ ਰੇਲ ਸ਼ੁਰੂ ਕਰਨ ਦੀਆਂ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਹੈ। ਅਜਿਹੀਆਂ ਖਬਰਾਂ ਹਨ ਕਿ ਰੇਲ ਸੇਵਾ 15 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ PM ਮੋਦੀ ਦੀ ਅਪੀਲ, ਘਰਾਂ ਦੀਆਂ ਲਾਈਟਾਂ ਬੰਦ ਰੱਖਣ 'ਤੇ ਵਿਰੋਧੀ ਧਿਰ ਨੇ ਖੜ੍ਹੇ ਕੀਤੇ ਸਵਾਲ। ਸੋ ਦੇਸ਼ ਗੰਭੀਰ ਸੰਕਟ ਦੇ ਨਾਲ ਜੂਝ ਰਿਹਾ ਅਤੇ ਸੰਕਟ ਦੀ ਘੜੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਅਤੇ ਏਕਤਾ ਦਾ ਸੰਦੇਸ਼ ਦੇਣ ਲਈ ਦੇਸ਼ ਵਾਸੀਆਂ ਨੂੰ ਅੱਜ ਰਾਤ 9 ਵਜੇ ਆਪਣੇ ਘਰਾਂ ਦੀਆਂ ਲਾਈਟਾਂ 9 ਮਿੰਟ ਲਈ ਬੰਦ ਰੱਖਣਗੇ ਅਤੇ ਇਸ ਦੌਰਾਨ ਲੋਕ ਦੀਵੇ, ਮੋਮਬੱਤੀਆਂ, ਫਲੈਸ਼ਾਂ ਅਤੇ ਮੋਬਾਈਲ ਦੀਆਂ ਫਲੈਸ਼ਾਂ ਜਗਾ ਕੇ ਏਕਤਾ ਦਾ ਪ੍ਰਦਰਸ਼ਨ ਕਰਨਗੇ। ਰਾਸ਼ਟਰ ਦੇ ਨਾਂ 'ਤੇ ਜਾਰੀ ਇੱਕ ਵੀਡੀਓ ਸੰਦੇਸ਼ ਦੇ ਵਿੱਚ PM ਮੋਦੀ ਨੇ ਦੇਸ਼ ਦੇ ਲੋਕਾਂ ਨੂੰ 5 ਅਪ੍ਰੈਲ ਦਿਨ ਐਤਵਾਰ ਯਾਨੀ ਕਿ ਅੱਜ ਰਾਤੀ 9 ਵਜੇ ਸਾਰੇ ਘਰਾਂ ਦੀਆਂ ਲਾਈਟਾਂ ਬੁਝਾ ਕੇ ਅਤੇ 9 ਮਿੰਟ ਦੇ ਲਈ ਮੋਮਬੱਤੀਆਂ, ਦੀਵੇ, ਲੈਂਪ, ਮੋਬਾਈਲ, ਫਲੈਸ਼ ਲਾਈਟ ਆਦਿ ਜਗਾਉਣ ਦੀ ਅਪੀਲ ਕੀਤੀ। ਅਤੇ ਇਹ ਅਸੀਂ ਆਪਣੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਨੂੰ ਇਹ ਜੋ ਕੋਈ ਲੌਜਿਕ ਲੱਗਦਾ ਹੈ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਪ੍ਰਧਾਨ ਮੰਤਰੀ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ, ਆਪਣੇ ਬਣਦੇ ਕੀਮਤੀ ਵਿਚਾਰ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦਿਓ ਜੀ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਆਪਾਂ 3500 ਦਾ ਲਾਈਕ ਏਮ ਇਸ ਵੀਡੀਓ ਦੇ ਉੱਪਰ ਰੱਖਦੇ ਹਾਂ। ਅਤੇ ਕਰਫਿਊ ਦੀ ਉਲੰਘਣਾ ਕਰਨ 'ਤੇ ਥਾਣਾ ਸੁਲਤਾਨਪੁਰ ਲੋਧੀ ਦੇ ਪੁਲਿਸ ਨੇ 5 ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ। ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਗੁਰੂ ਹਰ ਸਾਏ ਤੋਂ ਖਬਰ ਆ ਰਹੀ ਹੈ ਜੀ। ਅਤੇ ਲੁਧਿਆਣਾ ਦੇ ਲਾਗੇ ਪਿੰਡ ਰਾਜਗੜ੍ਹ ਦਾ ਇੱਕ ਨੌਜਵਾਨ ਪਾਇਆ ਗਿਆ ਕੋਰੋਨਾ ਪੋਜ਼ਿਟਿਵ। ਸੋ ਲੁਧਿਆਣਾ ਸ਼ਹਿਰ ਦੇ ਲਾਗੇ ਕਸਬਾ ਦੁਰਾਹਾ ਦੇ ਕੋਲੇ ਪਿੰਡ ਰਾਜਗੜ੍ਹ ਦੇ 26 ਸਾਲਾ ਇੱਕ ਵਿਅਕਤੀ ਦੀ ਕੋਰੋਨਾ ਵਾਇਰਸ ਦਾ ਜਿਹੜਾ ਉਸ ਦੇ ਵਿੱਚ ਪਾਜ਼ਿਟਿਵ ਪਾਇਆ ਗਿਆ ਅਤੇ ਇਹ ਪਿਛਲੇ ਦਿਨੀ ਹੈਦਰਾਬਾਦ ਘੁੰਮਣ ਗਿਆ ਸੀ ਅਤੇ ਸਿਹਤ ਵਿਭਾਗ ਦੇ ਵੱਲੋਂ ਉਸ ਵਿਅਕਤੀ 'ਚੋਂ ਦੇਰ ਰਾਤ ਕੋਰੋਨਾ ਪਾਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਅਤੇ ਵਿਅਕਤੀ ਵਿੱਚ ਕੋਰੋਨਾ ਪਾਜ਼ਿਟਿਵ ਪਾਏ ਜਾਣ ਪਿੱਛੋਂ ਉਸ ਦੇ ਮਾਤਾ ਪਿਤਾ, ਪਤਨੀ, 2 ਬੇਟੇ ਅਤੇ 2 ਭੈਣਾਂ ਅਤੇ 1 ਭਰਾ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਕੇ ਇਕਾਂਤਵਾਸ ਕੀਤਾ ਗਿਆ ਹੈ। ਅਗਲੀ ਖਬਰ ਆ ਰਹੀ ਹੈ ਜੀ ਗੁਰੂ ਹਰ ਸਾਹਿਬ ਤੋਂ, ਜਿੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਹੈ ਜੀ। ਸੋ 16 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ਦੇ ਚੱਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਜਾਣਕਾਰੀ ਅਨੁਸਾਰ ਪਿੰਡ ਜਵਾਇ ਸਿੰਘ ਵਾਲਾ ਦੇ
ਇੱਕ ਕਰੀਬੀ 16 ਸਾਲਾਂ ਦੀ ਲੜਕੀ ਜਿਹੜੀ ਕਿ ਪਿੰਡ ਪਿੰਡੀ ਦੇ ਸਰਕਾਰੀ ਹਾਈ ਸਕੂਲ 'ਚੋਂ 9ਵੀਂ ਜਮਾਤ ਦੀ ਵਿਦਿਆਰਥਣ ਸੀ, ਪਿਛਲੇ 4-5 ਦਿਨਾਂ ਤੋਂ ਬੁਖਾਰ, ਖਾਂਸੀ, ਜ਼ੁਕਾਮ ਆਦਿ ਦੇ ਨਾਲ ਪੀੜਤ ਸੀ ਅਤੇ ਜਿਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਸੀ, ਪਰ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਅਤੇ ਅੱਜ ਉਸ ਦੇ ਅੰਤਿਮ ਸੰਸਕਾਰ ਉਸ ਦੇ ਪਿੰਡ ਵਿੱਚ ਡਾਕਟਰ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਅਤੇ ਇਸ ਸੰਬੰਧੀ ਡਾਕਟਰਾਂ ਨੇ ਮ੍ਰਿਤਕ ਦੇ ਸੈਂਪਲ ਲੈ ਕੇ ਕਰੋਨਾ ਦੇ ਲੱਛਣ ਸੰਬੰਧੀ ਲੈਬਾਰਟਰੀ 'ਚੋਂ ਭੇਜ ਦਿੱਤੇ ਹਨ ਅਤੇ ਰਿਪੋਰਟ ਆਉਣ 'ਤੇ ਪਤਾ ਲੱਗੇਗਾ ਹੀ ਪਤਾ ਲੱਗੇਗਾ ਕਿ ਉਹ ਲੜਕੀ ਪੀੜਤ ਸੀ ਜਾਂ ਨਹੀਂ। ਅਗਲੀ ਖਬਰ ਜਲੰਧਰ ਤੋਂ ਆ ਰਹੀ ਹੈ ਜੀ, ਜਿੱਥੇ ਸਿਵਲ ਹਸਪਤਾਲ ਤੋਂ ਤਬਲੀਗੀ ਜਮਾਤ ਦੇ ਨਾਲ ਸੰਬੰਧਿਤ ਸ਼ੱਕੀ ਜੋੜਾ ਭੱਜਿਆ ਹੈ। ਜਲੰਧਰ ਦੇ ਸਿਵਲ ਹਸਪਤਾਲ 'ਚੋਂ ਸ਼ਨੀਵਾਰ ਨੂੰ ਦਾਖਲ ਇੱਕ ਸ਼ੱਕੀ ਕਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉੱਥੇ ਦੋ ਸ਼ੱਕੀ ਮਰੀਜ਼ਾਂ ਦੇ ਫਰਾਰ ਹੋਣ ਨਾਲ ਸਿਵਲ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਅਤੇ ਦੋਵੇਂ ਸ਼ੱਕੀ ਮਰੀਜ਼ ਪਤੀ ਪਤਨੀ ਹਨ ਅਤੇ ਤਬਲੀਗੀ ਜਮਾਤ ਦੇ ਨਾਲ ਸੰਬੰਧਿਤ ਹਨ। ਉਹਨਾਂ ਨੂੰ ਸ਼ੱਕੀ ਮੰਨਦੇ ਹੋਏ ਇੱਥੇ ਦਾਖਲ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਸ਼ੱਕੀ ਕਰੋਨਾ ਵਾਇਰਸ ਦੇ ਮਰੀਜ਼ 65 ਸਾਲਾ ਬਜ਼ੁਰਗ ਦੀ ਸ਼ਨੀਵਾਰ ਦੁਪਹਿਰ ਮੌਤ ਹੋ ਗਈ ਸੀ, ਜਿਸ ਦੇ ਬਾਰੇ ਡਾਕਟਰਾਂ ਦਾ ਕਹਿਣਾ ਕਿ ਇੱਕ ਦਿਨ ਪਹਿਲਾਂ ਉਸ ਨੂੰ ਨਮੂਨੀਆ ਹੋਣ ਦੇ ਕਾਰਨ ਦਾਖਲ ਕੀਤਾ ਗਿਆ ਸੀ ਅਤੇ ਸ਼ਨੀਵਾਰ ਬਾਅਦ ਦੁਪਹਿਰ ਉਹਨਾਂ ਦੀ ਹਾਲਤ ਹੋਰ ਵਿਗੜ ਗਈ ਅਤੇ ਮ੍ਰਿਤਕ ਦੇ ਸੈਂਪਲ ਤੋਂ ਪਹਿਲਾਂ ਹੀ ਲੈ ਕੇ ਭੇਜੇ ਜਾ ਚੁੱਕੇ ਹਨ ਅਤੇ ਉਸ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਬਜ਼ੁਰਗ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਡਾਕਟਰ ਅਤੇ ਸਟਾਫ ਉਕਤ ਮਾਮਲੇ ਵਿੱਚ ਰੁੱਝਿਆ ਹੋਇਆ ਸੀ ਅਤੇ ਮੌਕੇ ਦਾ ਫਾਇਦਾ ਚੱਕ ਕੇ ਵਾਰਡ 'ਚੋਂ ਦਾਖਲ। ਜਲੰਧਰ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਆਪਣੀ 45 ਸਾਲਾ ਪਤਨੀ ਦੇ ਨਾਲ ਫਰਾਰ ਹੋ ਗਿਆ। ਹਾਲਾਂਕਿ ਵਾਰਡ ਦੇ ਵਿੱਚ ਤਨਾਇਤ ਸਟਾਫ ਦਾ ਕਹਿਣਾ ਕਿ ਉਕਤ ਜੋੜਾ ਟਰੋਮਾ ਵਾਰਡ ਤੋਂ ਫਾਈਲ ਬਣਵਾ ਕੇ ਮੁਲਾਜ਼ਮ ਦੇ ਨਾਲ ਆ ਰਿਹਾ ਸੀ ਅਤੇ ਫਾਈਲ ਆਈਸੋਲੇਸ਼ਨ ਵਾਰਡ ਵਿੱਚ ਜਮ੍ਹਾਂ ਹੋਣ ਦੇ ਬਾਵਜੂਦ ਰਸਤੇ ਵਿੱਚ ਉਹ ਦੋਵੇਂ ਫਰਾਰ ਹੋ ਗਏ ਅਤੇ ਉੱਥੇ ਹੀ ਹਸਪਤਾਲ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਫਰਾਰ ਜੋੜੇ ਦੇ ਸੰਬੰਧ ਦੇ ਵਿੱਚ ਵੱਖ ਵੱਖ ਬਿਆਨ ਦਿੱਤੇ ਜਾ ਰਹੇ ਹਨ। ਗੱਲ ਕਰਦੇ ਹਾਂ ਜੀ ਭਾਰਤ ਦੇ ਵਿੱਚ ਮੌਜੂਦਾ ਕਰੋਨਾ ਵਾਇਰਸ ਦੀ ਲੇਟੈਸਟ ਅਪਡੇਟ ਦੇ ਬਾਰੇ। ਸੋ ਮਿਲੀ ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ ਦੇ ਵਿੱਚ ਹੁਣ 3300 ਤੋਂ ਜ਼ਿਆਦਾ ਜਿਹੜੇ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪੂਰੀ ਦੁਨੀਆ ਦੇ ਸਮੇਤ ਭਾਰਤ ਦੇ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪੂਰੇ ਦੇਸ਼ ਦੇ ਵਿੱਚੋਂ ਕਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਮਿਲਣ ਦੇ ਤੱਕ ਕੁੱਲ ਕਰੋਨਾ ਦੇ ਮਾਮਲਿਆਂ ਦੀ ਸੰਖਿਆ ਵੱਧ ਕੇ 3300 ਤੋਂ ਵੀ ਜ਼ਿਆਦਾ ਹੋ ਚੁੱਕੀ, ਜਦਕਿ 70 ਤੋਂ ਵੱਧ ਕਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਅਤੇ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੇ ਦੇਸ਼ ਦੇ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ 302 ਕਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 3374 ਹੋ ਚੁੱਕੀ, ਜਿਨ੍ਹਾਂ ਦੇ ਵਿੱਚੋਂ 267 ਮਰੀਜ਼ ਠੀਕ ਵੀ ਹੋਏ ਹਨ ਅਤੇ 330 ਐਕਟਿਵ ਕੇਸ ਹਨ। ਅਤੇ ਉੱਥੇ ਹੀ ਹੁਣ ਤੱਕ 77 ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਅਤੇ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ 3 ਅਪ੍ਰੈਲ ਨੂੰ ਆਉਣ ਵਾਲੇ ਯਾਨੀ ਕਿ ਅੱਜ ਦੇ ਦਿਨ ਦੇਸ਼ ਵਾਸੀਆਂ ਨੂੰ ਕਰੋਨਾ ਦੇ ਵਿਰੁੱਧ ਸਮੂਹਕ ਸ਼ਕਤੀ ਨੂੰ ਦਰਸਾਉਣ ਦੇ ਲਈ ਰਾਤ 9 ਵਜੇ 9 ਮਿੰਟ ਦੇ ਲਈ 9-9 ਦੀਵੇ ਜਗਾਉਣ ਦੇ ਲਈ ਬਾਲਕੋਨੀਆਂ ਦੇ ਵਿੱਚ ਖੜ੍ਹ ਕੇ ਦੀਵੇ ਜਗਾਉਣ ਦੇ ਲਈ ਕਿਹਾ ਹੈ। ਸੋ ਇਸ ਦਾ ਕੋਈ ਲੌਜਿਕ ਜੇ ਬਣਦਾ ਤਾਂ ਤੁਸੀਂ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਫੂਡ ਸਪਲਾਈ ਵਿਭਾਗ ਦੇ ਵੱਲੋਂ ਹੋਮ ਡਿਲੀਵਰੀ ਅਤੇ ਕਰਿਆਨਾ ਸਟੋਰਾਂ ਦੀ ਚੈਕਿੰਗ। ਸੋ ਵਾਇਰਸ ਨੂੰ ਲੈ ਕੇ ਹੋਮ ਡਿਲੀਵਰੀ ਕਰ ਰਹੇ ਗੁਰੂ ਹਰ ਸਾਏ ਦੇ ਵੱਖ ਵੱਖ ਕਰਿਆਨਾ ਸਟੋਰਾਂ ਦੇ ਫੂਡ ਸਪਲਾਈ ਕੰਟਰੋਲਰ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਗਈ। ਜਲੰਧਰ ਜ਼ਿਲ੍ਹੇ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਤਾਜ਼ਾ ਰੇਟ ਲਿਸਟ ਆ ਜਿਹੜੀ ਉਹ ਅੱਜ ਲਾਗੂ ਹੋ ਗਈ ਅਤੇ ਕਈ ਮਹੀਨੇ ਮਜ਼ਦੂਰੀ ਕਰਕੇ ਪਰਤੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਪਵਾਈਆਂ ਭਾਜੜਾਂ। ਸੋ ਖੇਮਕਰਨ ਤੋਂ ਖਬਰ ਆ ਰਹੀ ਹੈ ਜੀ, ਜਿੱਥੇ ਖੇਮਕਰਨ ਸ਼ਹਿਰ ਵਾਸੀਆਂ ਜੋ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਕਈ ਮਹੀਨੇ ਮਜ਼ਦੂਰੀ ਕਰਕੇ ਵਾਪਸ ਆ ਰਹੇ ਪਰਿਵਾਰਾਂ ਨੇ
ਕਰੋਨਾ ਦੇ ਕਾਰਨ ਚਿੰਤਾ ਵਧਾ ਦਿੱਤੀ ਅਤੇ ਅੱਜ ਸਵੇਰੇ ਤੜਕੇ ਸ਼ਹਿਰ ਅੰਦਰ ਪੁਲਿਸ ਅਤੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ। ਜਦੋਂ ਦੋ ਵੱਡੇ ਕੈਂਟਰ ਭਰੇ ਮਜ਼ਦੂਰ ਵਾਪਸ ਆਏ ਤਾਂ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਨੂੰ ਘੇਰ ਕੇ ਸਮੇਤ ਔਰਤਾਂ ਅਤੇ ਬੱਚਿਆਂ ਨੂੰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ 65 ਮੈਂਬਰਾਂ ਨੂੰ ਮੋਹਰ ਲਗਾ ਕੇ ਉਹਨਾਂ ਦੇ ਘਰਾਂ ਦੇ ਵਿੱਚ 14 ਦਿਨਾਂ ਦੇ ਲਈ ਇਕਾਂਤਵਾਸ ਰਹਿਣ ਦੀ ਚੇਤਾਵਨੀ ਪੁਲਿਸ ਨੇ ਦਿੱਤੀ ਅਤੇ ਖੇਮ ਕਰਨ 'ਚ ਤਕਰੀਬਨ 250 ਪਰਿਵਾਰਾਂ ਨੂੰ ਇਕਾਂਤਵਾਸ ਕੀਤਾ ਜਾ ਚੁੱਕਾ ਹੈ। ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆਈ ਹੈ, ਤਬਲੀਗੀ ਮਰਕਜ਼ ਦੇ ਵਿੱਚ ਹਿੱਸਾ ਲੈਣ ਗਏ ਨੌਜਵਾਨ ਦੀ ਰਿਪੋਰਟ ਆਈ ਨੈਗਟਿਵ। ਸੋ ਕੋਹਰੀਆਂ ਤੋਂ ਖਬਰ ਆ ਰਹੀ ਹੈ ਜੀ, ਜਿੱਥੇ ਨੈਗਟਿਵ ਰਿਪੋਰਟ ਆਈ ਆ ਨੌਜਵਾਨ ਦੀ। ਸੋ ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਵਧਣ ਦੇ ਕਾਰਨ ਹਰਿਆਣਾ ਹੱਦਾਂ ਕੀਤੀਆਂ ਗਈਆਂ ਸੀਲ। ਸੋ ਪੰਜਾਬ ਦੇ ਵਿੱਚ ਵਾਇਰਸ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਦੇ ਕਾਰਨ ਮਨੂਕ ਸ਼ਹਿਰ ਦੇ ਨਾਲ ਲੱਗਦੇ ਹਰਿਆਣੇ ਹੱਦਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਨੇ ਸਖਤੀ ਦੇ ਨਾਲ ਸੀਲ ਕਰ ਦਿੱਤਾ ਅਤੇ ਇਸ ਮੌਕੇ ਮਨੂਕ ਟੋਣਾ ਦੀ ਹੱਦ 'ਤੇ ਡਿਊਟੀ ਕਰ ਰਹੇ ਇੰਚਾਰਜ ਨੇ ਕਿਹਾ, ਜੋ ਗੱਡੀ ਕੋਲ ਪਰਮਿਸ਼ਨ ਹੁੰਦੀ ਹੈ ਉਹੀ ਪੰਜਾਬ ਦੇ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ, ਹਲਕਾ ਡੇਰਾਬਸੀ ਦੇ ਵਿੱਚ ਵੀ ਇੱਕ ਮਰੀਜ਼ ਆ ਜਿਹੜਾ ਉਹ ਸਾਹਮਣੇ ਆਇਆ ਹੈ। ਅਗਲੀ ਖਬਰ ਆ ਰਹੀ ਹੈ ਜੀ, ਭਾਰਤੀ ਫੌਜ ਨੇ 24 ਘੰਟਿਆਂ ਦੇ ਵਿੱਚ 9 ਅੱਤਵਾਦੀਆਂ ਦਾ ਕੀਤਾ ਸਫਾਇਆ ਅਤੇ ਸਪੇਨ 'ਚ ਤੇਜ਼ੀ ਨਾਲ ਵੱਧ ਰਿਹਾ ਕਰੋਨਾ ਵਾਇਰਸ ਦੇ ਪ੍ਰਭਾਵਿਤਾਂ ਦੀ ਗਿਣਤੀ, ਇਟਲੀ ਨੂੰ ਵੀ ਛੱਡਿਆ ਪਿੱਛੇ ਅਤੇ ਕੈਦੀਆਂ ਨੇ ਜੇਲ੍ਹ ਦੇ ਵਿੱਚ ਕੀਤਾ ਕਮਾਲ, ਬਣਾਏ 75,000 ਮਾਸਕ ਅਤੇ ਸੈਨੇਟਾਈਜ਼ਰ। ਅਫਗਾਨਿਸਤਾਨ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੇ ਵਿੱਚ ISIS ਦਾ ਇੱਕ ਅੱਤਵਾਦੀ ਗ੍ਰਿਫਤਾਰ ਅਤੇ ਕਿਸਾਨਾਂ ਨੂੰ ਮਿਲੇਗੀ 200 ਰੁਪਏ ਪ੍ਰਤੀ ਕੁਇੰਟਲ ਬੋਨਸ। ਥੋੜ੍ਹੀ ਦੇਰ ਦੇ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਅਤੇ ਵਾਇਰਸ ਸੰਕਟ ਦੇ ਕਾਰਨ ਪੰਜਾਬ ਸਰਕਾਰ ਨੇ ਘਰਾਂ ਦੇ ਵਿੱਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਵੀਜ਼ ਬਣਾਈ ਅਤੇ ਇਹ ਤਵੀਜ਼ ਕੇਂਦਰ ਸਰਕਾਰ ਦੇ ਕੋਲ ਭੇਜੀ ਗਈ ਅਤੇ ਮੋਦੀ ਸਰਕਾਰ ਕੋਲੋਂ ਹਰੀ ਝੰਡੀ ਮਿਲਣ ਦੇ ਮਗਰੋਂ ਪੰਜਾਬ ਸਰਕਾਰ ਇਸ ਦਾ ਐਲਾਨ ਕਰ ਦੇਵੇਗੀ ਅਤੇ ਇਸ ਤਵੀਜ਼ ਮੁਤਾਬਕ ਉਹਨਾਂ ਕਿਸਾਨਾਂ ਨੂੰ ਕਣਕ 'ਤੇ ਪ੍ਰਤੀ ਕੁਇੰਟਲ ਪਿੱਛੇ 100 ਤੋਂ 200 ਰੁਪਏ ਤੱਕ ਦਾ ਬੋਨਸ ਮਿਲੇਗਾ, ਜੋ ਕਿਸਾਨ ਕੁਝ ਸਮੇਂ ਵਾਸਤੇ ਆਪਣੇ ਘਰਾਂ ਦੇ ਵਿੱਚ ਰੱਖਣਗੇ ਅਤੇ ਸਰਕਾਰੀ ਭਾਅ ਐਤਕੀ 1925 ਰੁਪਏ ਪ੍ਰਤੀ ਕੁਇੰਟਲ ਹੈ। ਸੋ ਵੈਸੇ ਤਾਂ ਪੰਜਾਬ ਸਰਕਾਰ ਨੇ 15 ਤੋਂ 30 ਅਪ੍ਰੈਲ ਤੱਕ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਨੂੰ ਕਿਹਾ ਹੈ, ਪਰ ਉਹਨਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ ਅਤੇ 31 ਤੋਂ ਲੈ ਕੇ ਮਈ ਦੇ ਵਿਚਾਲੇ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਉਸਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ ਅਤੇ ਜਿਹੜਾ 1 ਜੂਨ ਤੋਂ ਬਾਅਦ ਲੈ ਕੇ ਆਉਂਦਾ ਹੈ ਉਸਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ। ਸੋ ਉਸ ਤੋਂ ਬਾਅਦ ਜੀ ਚੀਨ ਦੇ ਕੋਰੋਨਾ ਵਾਇਰਸ ਦੇ ਨਵੇਂ 30 ਮਾਮਲੇ ਸਾਹਮਣੇ ਆਏ ਹਨ ਅਤੇ ਵੁਹਾਨ 'ਚੋਂ 9 ਸੰਕ੍ਰਮਿਤ ਲੋਕਾਂ ਦੀ ਪੁਸ਼ਟੀ ਹੋਈ ਆ ਅਤੇ ਤਾਮਿਲਨਾਡੂ ਦੇ ਵਿੱਚ ਵੀ ਵਾਇਰਸ ਦੇ ਨਾਲ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਅਤੇ ਕੁੱਲ ਟੋਟਲ ਮੌਤਾਂ ਉੱਥੇ 5 ਹੋ ਗਈਆਂ ਨੇ ਅਤੇ ਕੋਰੋਨਾ ਦੇ ਨਾਲ ਲੜਨ ਦੇ ਲਈ ਹਾਕੀ ਇੰਡੀਆ ਨੇ ਦਿੱਤਾ 1 ਕਰੋੜ ਰੁਪਏ ਦਾ ਯੋਗਦਾਨ। ਸੋ ਦੋਸਤੋ, ਸੂਬੇ ਪੰਜਾਬ ਅਤੇ ਕੁਝ ਦੇਸ਼ ਭਰ ਦੀਆਂ ਖਬਰਾਂ ਇਸ ਬੁਲਟਨ ਦੇ ਵਿੱਚ ਇੰਨੀਆਂ ਹੀ ਜੀ। ਅਗਲੇ ਬੁਲਟਨ ਦੇ ਵਿੱਚ ਹੋਰ ਨਵੀਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।